पर कटिया मेरी दंद जग जान होवा सतगुर नानक पर कटिया मेरी दंद जग जान होवा मेरी दंद जग जान होवा मेरी दंद जग जान होवा जग जान होवा ਪਰਪਿਤਾ ਦੇ ਨਗਰ ਕੀਰਤਨ ਨਿਕਲ ਰਿਹਾ ਹੈਗਾ ਮੋਗਾ ਦੇ ਵਿੱਚ ਇਹਦੇ ਬਾਰੇ ਬੋਲੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜਗਤਗੁਰੂ ਜਿਨ੍ਹਾਂ ਨੇ ਉਸ ਸਮੇਂ ਦੀ ਮੁੱਖੀ ਦੁਨੀਆਂ ਨੂੰ ਸ਼ਾਂਤ ਕਰਨ ਵਾਸਤੇ ਅਤੇ ਇਸ ਧਰਤੀ 'ਤੇ ਧਰਮ ਦੀ ਸਿੱਖਿਆ ਦਾ ਪ੍ਰਸਾਰ ਕਰਨ ਵਾਸਤੇ ਆਪਣੇ ਜੀਵਨ ਨੂੰ ਪੂਰੀ ਲਿਖਾਈ ਦੇ ਵਾਸਤੇ ਅਰਪਣ ਕੀਤਾ ਜਿਨ੍ਹਾਂ ਦੀ ਪਵਿੱਤਰ ਜਨਮ ਦਿਹਾੜੇ ਦੇ ਉੱਤੇ ਲੋਕਲ ਗੁਰਦੁਆਰਾ ਕਮੇਟੀ ਜਿਸ ਨੂੰ ਸੇਵਾ ਕਰਦਿਆਂ ਲਗਭਗ 50 ਸਾਲ ਪੂਰੇ ਹੋ ਗਏ ਹਨ ਉਹਨਾਂ ਵੱਲੋਂ ਇਸ ਨਗਰ ਕੀਰਤਨ ਦੇ ਹਰ ਸਾਲ ਆਯੋਜਨ ਕੀਤਾ ਜਾਂਦਾ ਉਸ ਦੇ ਆਧਾਰ 'ਤੇ ਇਸ ਸਾਲ ਗੁਰਦੁਆਰਾ ਗੋਬਿੰਦ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀ ਰਾਤਰੋੜ ਤੋਂ ਅਤੇ ਸ਼ਹਿਰ ਦਾ ਯਾਤਰਾ ਕਰਦਾ ਹੋਇਆ ਸਮਾਪਤੀ ਵੀ ਉੱਥੇ ਹੋਵੇਗੀ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਸਾਂਝੇ ਦਾ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਗੁਰੀਆਂ ਪ੍ਰਾਪਤ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਦਰਬਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਾ ਸੁਆਗਤ ਹੈ ਲੋਕ ਗੁਰਪੁਰਬ ਕਮੇਟੀ ਦੇ ਤਰਫ ਤੋਂ ਸੁਆਗਤ ਹੈ ਕਰਿਆ ਜੀ ਅੱਜ 24 ਤਰੀਕ ਨੂੰ ਅਸੀਂ ਨਗਰ ਕੀਰਤਨ ਕੱਢ ਰਹੇ ਜੋ ਬਹੁਤ ਹੀ ਜਾਨੋ ਗੁਲਾਬ ਨਾਲ ਨਿਕਲ ਰਿਹਾ ਕਿ ਅਸੀਂ ਦੰਦ ਗੁਰਦੁਆਰਾ ਸਾਹਿਬ ਹੁੰਦੇ ਹੋਏ ਗੇਟ ਤੋਂ ਖੜੇ ਹੁੰਦੇ ਹੋਏ ਜਿਵੇਂ ਕਾਹਨ ਤੋਂ ਗੁਰਦੁਆਰੇ ਕੋਲ ਆਗਮਨ ਕਲਾਸ ਹੋਣ ਕਰਕੇ ਇੱਥੇ ਉਹਨਾਂ ਨਗਰ ਕੀਰਤਨ ਖੜਾ ਵਾ ਜਿੰਨੀਆਂ ਸੰਗਤਾਂ ਬਹੁਤ ਹਮਾ ਕੇ ਨਗਰ ਕੀਰਤਨਾਂ ਜਾ ਰਹੀਆਂ ਜਿੰਨੀਆਂ ਸੰਗਤਾਂ ਦਰਸ਼ਨ ਕਰਨ ਵਾਲੀਆਂ ਆ ਕੇ ਪ੍ਰਸ਼ਾਦ ਬਹੁਤ ਮੰਗ ਰਹੀ ਆਪਣੀਆਂ ਪੂਰੀਆਂ ਸੇਵਾ ਨੂੰ ਆ ਰਹੀ ਹੈ ਅਤੇ ਸਾਡੇ ਸੇਵਾਦਾਰ ਬੜੀ ਖੁਸ਼ੀ ਮੰਗ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੋਕਾਂ ਵੱਲੋਂ ਜੋ ਕਿ 55 ਸਾਲ ਤੋਂ ਇਹ ਸੰਸਥਾ ਬੜੇ ਨਿਰੰਤਰ ਸੇਵਾ ਨਿਭਾ ਰਹੀ ਹੈ ਨਗਰ ਕੀਰਤਨ ਕੀਰਤਨ ਦਰਬਾਰ ਪ੍ਰਭਾਵਿਤ ਏਰੀਆ ਅਤੇ ਇਸਤਰੀ ਸਿੰਘ ਸਭਾ ਸੋਸਾਇਟੀ ਅਤੇ ਹੋਰ ਮੋਗਾ ਸ਼ਹਿਰ ਦੀਆਂ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਕਿ ਇਹ ਸਮਾਗਮ ਮਨਾਏ ਜਾਂਦੇ ਨੇ ਇਹਦੇ ਵਿੱਚ ਬਹੁਤ ਸੰਗਤਾਂ ਦਾ ਉਤਸ਼ਾਹ ਹੈ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਆਗਮਨ ਦਿਹਾੜੇ ਨੂੰ ਸਮਰਪਿਤ ਜੋ ਕਿ ਸੰਸਥਾ ਵੱਲੋਂ ਗੁਰਦੁਆਰਾ ਕਲਗੀਧਰ ਦਸ ਕਰੋੜ ਲੋਕਾਂ ਤੋਂ ਠੀਕ ਵੇਲੇ 10 ਵਜੇ ਨਗਰ ਕੀਰਤਨ ਆਰੰਭ ਹੋਇਆ
संगतों का बड़ा सहयोग है। रस्ते के संगतों का लंगर पानी जल पानी के भंडारे चल रहे हैं। संगत आप जो बड़ा उत्साह दे रही है तो गुरु साहब श्री गुरु ग्रंथ साहब जी मेरे आवास बेनती है कि यह संस्था इस तरह ही सेवा पाती रहे, संगतों का सहयोग हों रहे, क्योंकि यह नगर कीर्तन है तो वापसी के शहर पंजाब हों वापस फिर गुरुद्वारा कलमी का दर उत्ते ही समाप्ति होनी है। तो इन्ना कुछ कहना होया बोलो वाहेगुरु जी का खालसा वाहेगुरु जी की फतेह।